ਸੀਮਾ ਸੁਰੱਖਿਆ ਬਲ ਵਲੋਂ ਅੱਜ ਅਬੋਹਰ ਸੈਕਟਰ ਵਿੱਚ ਕੰਡਾਲੀ ਤਾਰ ਨੇੜਿਓਂ 6.5 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ। ਬੀਐਸਐਫ ਦੇ ਪੰਜਾਬ ਫਰੰਟਰ ਹੈੱਡਕੁਆਰਟਰ ਵਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ ਬੀਐਸਐਫ ਦੀ 52 ਪਟਾਲੀਅਨ ਦੇ ਜਵਾਨਾਂ ਨੇ ਇੱਕ ਵਾਰ ਫਿਰ ਰਾਸ਼ਟਰੀ ਵਿਰੋਧੀ ਅੰਸਰਾਂ ਵਲੋਂ ਦੇਸ਼ ਅੰਦਰ ਨਸ਼ੀਲੇ ਪਦਾਰਥਾਂ ਦੀ ਥੇਪ ਲਿਆਉਣ ਦੀ ਕੋਸ਼ਿਸ਼ ਨੂੰ ناکਾਮ ਕਰਦਿਆ। ਅਬੋਹਰ ਸੈਕਟਰ ਵਿੱਚ 8 ਪੈਕੇਟ ਹੈਰੋਇਨ, ਸ਼ਰਾਬ ਨਾਲ ਭਰੀ ਇੱਕ ਬੋਤਲ, ਇੱਕ ਮੋਬਾਈਲ ਫੋਨ ਤੇ ਦੋ ਸਿਮ ਕਾਰਡਾਂ ਸਮੇਤ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕਰਨ ਵਿੱਚ ਵੀ ਸਫਲਤਾ ਹ